ਕਿੰਨੇ ਨਾ ਦੇਗਾ ਹੱਬਾ ਕਰ ਲਾ ਪਹਿਲਾਂ ਪੈਸੇ ਹੋ ਜਾਣਗੇ ਬੰਦ ਗਾਡ ਚਾ 2400 ਦਾ ਲਾਤਾ ਚਾ 2500 ਦਾ ਹੋ ਗਿਆ ਚਾ ਦੇ ਦੇ ਜਿਆਦਾ ਕੰਮ ਆ ਬਾ ਇੰਨੇ ਆਲਾ ਵਾਲਾ ਹੈ ਇਹਦਾ ਪੂਰਾ ਤੂੰ ਲੋੜ ਕਿਸੇ ਵਾਸਤੇ ਆਉਣਾ ਨਹੀਂ ਮੈਂ 2000 ਰੁਪਏ ਜਰਾ ਹੀ ਇਹ ਨਹੀਂ ਹੁੰਦਾ ਮੈਂ ਬੰਦਾ ਕਹੇ ਮੇਰਾ ਆ ਰਹੀ ਹੈ ਇਹ ਮੇਰਾ ਆ ਰਹੀ ਹੈ ਮੇਰੇ ਪੱਕ ਦੀ ਗੱਲ ਕਰੂ ਸੋਣਾ ਲਾਇਆ ਹੋ ਜਾਂਦੇ ਆ ਚੀਜ਼ ਕਾੜੇ ਦੀ ਆ ਉਹਦੇ ਕਾੜੇ ਆ ਬੋਲੀ ਚੀਜ਼ ਫੜਦਾ ਟੱਕ ਮਾਰਾ ਆ ਟੱਕ ਮੈਂ ਨਹੀਂ ਪਿੱਛੇ ਹਟਿਆ ਬੈਲੀ ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਠੀਕ ਠਾਕ ਹੋਵੋਗੇ ਅੱਜ ਬੈਠਿਆਂਗੇ ਪੰਧੇਰ ਬੱਕਰਾ ਮੰਡੀ ਦੇ ਵਿੱਚ ਪੰਧੇਰ ਬੱਕਰਾ ਮੰਡੀ ਆ ਹਾਂ ਬਈ ਕਿੰਨੀ ਡੇਟ ਹੁੰਦੀ ਆ ਇਹ 5 ਤੇ 20 5 ਤੇ 20 ਤਰੀਕ ਤੇ ਬਿਨਾ ਰੋਡ ਕਿਹੜਾ ਇਹ ਇਹ ਬਈ ਬਰਨਾਲਾ ਤਨੌਲਾ ਭੀਖੀ ਰੋਡ ਮੇਨ ਬਰਨਾਲਾ ਤਨੌਲਾ ਭੀਖੀ ਰੋਡ ਮੇਨ ਯਾਨੀ ਕਿ ਤਨੌਲੇ ਤੋਂ ਭੀਖੀ ਰੋਡ ਨੂੰ ਨਾ ਇਹਨੂੰ ਭੀਖੀ ਨੂੰ ਭੀਖੀ ਤੋਂ 9 ਕਿਲੋਮੀਟਰ ਹਾਂ ਬਈ ਤਨੌਲੇ ਤੋਂ 15 ਕਿਲੋਮੀਟਰ ਹੈ 15-16 ਕਿਲੋਮੀਟਰ ਠੀਕ ਹੈ ਜੀ ਇਹ ਮੰਡੀ ਹੁੰਦੀ ਹੈਗੀ ਗਰਮੀ ਹੋ ਗਈ ਜ਼ਿਆਦੇ ਸੌਂ ਦਾ ਇੱਕ ਦਾ ਕਰੋ ਨਾ ਅਗਲੀ ਮੰਡੀ ਤੇ ਕਰਦੇ ਹਾਂ ਅਗਲੀ ਮੰਡੀ ਤੇ ਸੌਂ ਹੋ ਗਈ ਅੱਜ ਅੱਗ ਫੁੱਲ ਪੈ ਰਹੀ ਹੈਗੀ ਇਹ ਆ ਔਰ ਇਹਦਾ ਮੇਨ ਬੰਦਾ ਮੇਨ ਆਨਰ ਪੰਧੇਰ ਬੱਕਰਾ ਮੰਡੀ ਦਾ ਮੇਨ ਆਨਰ ਆ ਬਾਈ ਹਾਂ ਬਈ ਪਰਚੀਆਂ ਕੱਢਦਾ ਹੁੰਦਾ ਹਾਂ ਕਿਵੇਂ ਲੱਗ ਰਹੀ ਹੈ ਮੰਡੀ ਅੱਜ ਵਧੀਆ ਬਈ ਬਹੁਤ ਵਧੀਆ ਬਹੁਤ ਵਧੀਆ ਪਹਿਲੀ ਮੰਡੀ ਕਿਵੇਂ ਰਹੀ ਪਹਿਲੀ ਮੰਡੀ ਤਾਂ ਵੋਟਾਂ ਆ ਗਿਆ ਤੇ ਨਾ ਮੇਲਾ ਆ ਗਿਆ ਤੇ ਨਾ ਹਾਂ ਫੁੱਲ ਭਰੀ ਦੀ ਮੰਡੀ ਦਾ ਹਾਂ ਉਹ ਤਾਂ ਫਿਰ ਉੱਥੇ ਦਾ ਉਹਦੇ ਵਾਲਾ ਸੀਗਾ ਹਾਂ ਫੁੱਲਿਆ ਦਾ ਮੇਲਾ ਸੀ ਆਪਾਂ ਤੋਂ ਆਇਆ ਨਹੀਂ ਗਿਆ ਹੈਗਾ ਤੇ ਅੱਜ ਆਏ ਹੋਏਗੇ ਦੇਖ ਸਕਦੇ ਅਸੀਂ ਇਕੱਠ ਵਧੀਆ ਮੰਡੀ ਦੇ ਵਿੱਚ ਇਹੋ ਜਿਹੀ ਗੱਲ ਨਹੀਂ ਪਿਛਲੀ 5 ਦਾ ਕਹਿੰਦੇ ਫੁੱਲ ਭਰੀ ਸੀ ਠੀਕ ਹੈ ਜੀ ਹਾਂ ਉਹਨਾਂ ਦੇ ਫਿਰ ਉਸ ਦਾ ਨਹੀਂ ਸੀ ਨਾ ਕੱਟ ਹਾਂ ਕੱਟੀਆਂ ਦਾ ਮੇਲਾ ਸੀ ਹੁਣ ਦਿਖਾਉਣੇ ਆ ਮੰਡੀ ਕਾਪੇ ਆਪਣਾ ਕੈਮਰਾ ਠੀਕ ਹੈ ਇਹਨੂੰ ਸਾਂਭ ਕੇ ਰੱਖੀ ਕੈਮਰੇ ਨੂੰ ਹਾਂ ਦੇਖ ਸਕਦੇ ਤੁਸੀਂ ਇੱਧਰ ਪੰਧੇਰ ਸਾਹਿਬ ਨੇ ਬੈਠਣ ਲਈ ਕਰਿਆ ਹੋਇਆਗਾ ਆਪਦੇ ਲਈ ਹੁਣ ਅਗਲੀ ਮੰਡੀ ਹਰੇਕ ਨੂੰ ਸੌਂ ਮਿਲੂਗੀ ਠੀਕ ਹੈ ਜੀ ਲੈ ਕੇ ਚੱਲਦੇ ਹਾਂ ਇੱਧਰ ਦੇਖ ਸਕਦੇ ਹੋ ਐਂਟਰੀ ਗੇਟ ਤੇ ਇੱਥੇ ਤੁਹਾਨੂੰ ਮਿਲੂਗਾ ਖਾਣ ਨੂੰ ਠੀਕ ਹੈ ਜੀ ਤੇ ਬਾਬੇ ਇੱਧਰ ਲੈ ਕੇ ਪਹੁੰਚੇ ਹੋਏ ਨੇ ਗਾਨੀਆਂ ਵਗੈਰਾ ਤੇ ਇੱਧਰ ਬਾਈ ਪਕੌੜੇ ਵਾਲਾ ਤੇ ਇੱਧਰ ਗਾਨੀ ਵਾਲਾ ਦੇਖ ਸਕਦੇ ਹੋ ਦੇਖ ਸਕਦੇ ਹੋ ਗਾਨੀਆਂ ਬਾਬਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਵਧੀਆ ਚੱਲੀ ਜਾਂਦਾ ਕੰਮ ਕਰ ਚਲੋ ਵਧੀਆ ਕਿਹੜਾ ਪਿੰਡ ਆਪਣਾ ਹੇੜੀ ਕੇ ਵਾਲੇ ਨੇ ਬਾਬੇ ਇਹ ਹੇੜੀ ਕੇ ਵਾਲੇ ਸਮਾਨ ਲੈ ਕੇ ਆਉਂਦੇ ਹੁੰਦੇ ਨੇ ਹਰੇਕ ਮੰਡੀ ਦੇ ਉੱਪਰ ਪਹੁੰਚਦੇ ਨੇ ਲੌਂਗੋਵਾਲ ਤੂੰਗਾਲੀ ਪੰਧੇਰ ਹਰੇਕ ਮੰਡੀ ਦੇ ਵਿੱਚ ਹੁੰਦੇ ਨੇ ਬਾਬਾ ਜੀ ਚਲੋ ਅੱਗੇ ਚੱਲਦੇ ਹਾਂਗੇ ਦੇਖਦੇ ਹਾਂਗੇ ਕੀ ਹੋ ਰਿਹਾ ਮੰਡੀ ਦੇ ਵਿੱਚ ਅੱਜ ਥੋੜ੍ਹੀ ਗਰਮੀ ਆ ਗਈ ਗਰਮੀ ਕਰਕੇ ਮੰਡੀਆਂ 'ਚ ਰਸ ਥੋੜ੍ਹਾ ਘਟੂਗਾ ਠੀਕ ਹੈ ਜੀ ਦੇਖੀ ਚਲੋ ਆਪਾਂ ਗੱਲਬਾਤ ਕਰਾਉਣਾ ਕਿ ਕੀ ਹਾਲ ਨੇ ਜੀ ਵਧੀਆ ਵਧੀਆ ਵਾਹ ਜੀ ਵਾਹ ਦੇਖ ਸਕਦੇ ਲੋਕੀ ਚੱਲਦੇ ਪਹਿਲਾਂ ਦੇਖੀਏ ਇਹਨੂੰ ਬੱਕਰੇ ਨੂੰ ਇਹਨਾਂ ਮੈਨੂੰ ਦੇਖਿਆ ਹੋਇਆ ਅੱਛਾ ਬਣਾਈ ਜਾਂਦੇ ਫਿਰ ਤੂੰ ਇਹਨੂੰ ਬਿੰਗੇ ਲੱਤਾਂ ਵਾਲਾ ਕਿਉਂ ਦਈ ਜਾਂਦਾ ਯਾਰ ਕਿਹੜਾ ਮਹਿਮਣਾ ਲੈ ਰਿਹਾ ਕੱਢ ਬਈ ਬਾਰੇ ਯਾਰ ਉਹਨਾਂ ਦੇਖੋ ਮਿੱਠੂ ਦੁਆਰਿਆ ਉਹੀ ਆ ਪੈਸੇ ਨੇ ਸਦੀਕ ਦੁਆਰਿਆ ਸਦੀਕ ਦੁਆਰਿਆ ਪੈਸੇ ਨੂੰ ਤਾਂ ਕਿਹੜਾ 70000 ਦਿੰਦਾ ਨਾ ਪਹਿਲਾਂ ਤੋਰ ਕੇ ਦਿਖਾ ਲੈ ਤੋਰ ਤੇਰਾ ਪੱਤ ਮੈਂ ਚੱਲ ਤੋਰੋ ਹੈਗਾ ਹੈਗੀ ਤਾਂ ਬਿੰਕੀ ਦਾ ਲੱਤ ਹੈਗੀ ਆ ਯਾਰ ਇਹ ਗੋਲੀ ਹੋਇਆ ਬਾਈ ਪਹਿਲਾਂ ਦੇਖ ਕੇ ਗਿਆ ਹੋਊਗਾ ਇਹ ਪਹਿਲਾਂ ਦੇਖ ਕੇ ਗਿਆ ਹੋਊਗਾ ਇਹ ਕੰਬੀ ਕਾ ਤੋਂ ਜਾਂਦਾ ਗਰਮੀ ਆ ਬਰਾਬਰ ਸਿਰ ਤੰਬੂ ਲਾਇਆ ਨਾ ਨਮਾਤਾ ਬਜਾ ਸਹੀ ਗੱਲ ਆ ਨਮਾਤਾ ਨਹੀਂ ਕੰਬ ਰਿਹਾਗਾ ਨਮਾਇਆ ਨੀ ਹੋਇਆ ਉਈ ਬਾਅਦ ਗਰਮੀ ਤੂੰ ਕਿੰਨੇ ਲਾਉਣਾ ਤੂੰ ਕਿੰਨੇ ਮੰਗਿਆ ਬਾਈ ਸਾਢੇ 5 ਤੂੰ ਕਿੰਨੇ ਲਾਉਣਾ ਗਰੀਬ ਬੰਦਾ ਤੇਰਾ ਦੀ ਸੀਸਾ ਗਰੀਬ ਇਹ ਕਰਾਨਾ ਦਾ ਇਹਨਾਂ ਗੱਲ ਕਿਹਾ ਕਰ ਚਾਹ ਪੀ ਮਤਲਬ ਪੀ 10 ਰੁਪਏ ਨੂੰ ਮਾਰ ਦੇਣਾਗਾ ਇਹਨਾਂ ਗੱਲ ਕਿਹਾ ਕਰ 25 ਲੈ ਜਾ ਲਾ 25 ਮਿੱਠੂ ਨੇ 2500 ਰੁਪਏ ਕਹਿਤਾ ਦੇਖ ਲੋਕ ਸੇ ਕੱਢ ਓਏ ਪਿੱਛੇ ਹੋ ਜਾ ਬਾਈ ਮੜੇ ਜਾ ਚੱਕਰ ਵੱਡਾ ਕਰੋ ਸਾਤੀ ਦੇਖੀ ਹੈ ਕਿ ਮੁਰੂ ਓਏ ਉੱਤੇ ਡਿੱਗੀ ਜਾਇਦ ਨੇ ਹਾਂ ਕਹਿੰਦਾ ਜਾਇਦ ਨਹੀਂ ਕਹਿੰਦਾ ਤੇ ਲੈਣਾ
ਮਾਦਾ ਕਾਫੇ ਵਾਤੀ ਮੈਨੂੰ ਪਤਾ ਲੱਖਣਾ ਹੈ ਕਰੇ ਸ਼ੌਂਕ ਦਾ ਦੋ ਕੁ ਮਿੰਟ ਪਰਾਂ ਹੋ ਜੂ ਵੀ ਮਿਲਦੇ ਆ 8000 ਨੂੰ ਬੱਕਰਾ ਕਿ ਕੀ ਹੈ ਇਹ ਬੱਕਰਾ ਤੂੰ ਪੱਠ ਲੈ ਯਾਰ ਪੱਠ ਲੈ ਲੈਣੇ ਆ ਪਾ ਚਾਲ ਪਹਿਲਾਂ ਇਹਦਾ ਤਾਂ ਕਰ ਲੈ ਪਹਿਲਾਂ ਦਾ ਕਰ ਨਹੀਂ ਦੇਖ ਭੁਗਦਾ ਜੇ ਕਾਹ ਨੀ ਭੁਗਦਾ ਹਾਂ ਮੂਹਰੋ ਕਾਲੀ ਰੂਪੀ ਵਾਲਾ ਹਾਲ ਹੋਇਆ ਹੋਰ ਦੇਖਦੇ ਮੈਂ ਟੁੱਕੀ ਦਵਾਊਗਾ ਲੈ ਹੁਣ ਇੱਧਰ ਆ ਗਿਆ ਕਿਹੜਾ ਆਇਆ ਪਰ ਮੈਨੂੰ ਬਾਈ ਬੱਕਰੀ ਬੱਕਰਾ ਵੀ ਇਹ ਵੀ ਬੱਕਰਾ ਕੱਟੇ ਦੇ ਝੋਲਾ ਪੰਤਾਲੀ ਸੋ ਰੁਪਿਆ ਦੱਸ ਪਰਮਜੀਤ ਪਰਮਜੀਤ ਲਾ ਤੂੰ ਕਿੰਨੇ ਲਾਉਣਾ ₹2400 ਲਾਤਾ ₹200 ਘੱਟ ਦੇ ਜਿੰਨੇ ਪਾਊਗਾ ਮਗਰ ਉਨੇ ਪਾਵਾਂਗੇ ਕਿੰਨੇ ਦਾ ਕਹਿੰਦਾ ਮੰਡੀ ਦੇ ਦੀ ਪੈਸੇ ਕਰ ਲਾ ਪਹਿਲਾਂ ਪੈਸਾ ਹੋ ਜਾਣਗੇ ਬਾਬੇ ਦਾ ਗਾਡਾ 2400 ਦਾ ਲਾਤਾ
ਚਾਹ 2500 ਦਾ ਹੋ ਗਿਆ ਚਾਹ ਦੇ ਪੱਕਾ ਮੁੱਲ ਲਾ ਦੇ ਯਾਰ 2400-2500 ਤੇ ਖੜੇ ਆ ਪੱਕਾ ਨੀ ਹੈਗਾ ਇਹ ਕਿੰਨੇ ਟਾਈਮ ਦਾ ਹੈ ਮੇਮਣਾ ਬਈ ਇੱਧਰ ਆਓ ਮੇਮਣੇ ਦਿਓ ਕਿੰਨੇ ਟਾਈਮ ਦਾ ਮੇਮਣਾ ਹੈ ਹੈਗਾ ਮਹੀਨੇ ਦਾ ਬੱਕਰੀ ਤਾਂ ਚੱਕ ਚੱਕ ਤੇਰਾ ਹੋ ਗਿਆ ਇਹ ਬੱਕਰਾ ਬੜਾ ਚੰਗਾ ਯਾਰ ਪਿੱਛੇ ਮਾੜਾ ਪਿੱਛੇ ਜਾ ਪੱਠਾ ਕੀ ਬੱਕਰਾ ਹੈਗਾ ਚਿੱਟੀ ਅੱਖ ਦਾ ਲਾ ਦੇ ਪੱਕਾ ਮੁੱਲ ਪਰਮਜੀਤ ਪੱਕਾ ਲਾ ਦੇ ਮੁੱਲ ਇੱਕ ਝੂਟਾ ਮਾਰ ਹੋਰ ਇਹਦੀ ਬਿਨਾ ਰੱਖ ਤੇਰੀ ਬਿਨਾ ਮਾਰ ਦੇ ਟੱਕ 200 ਰੁਪਏ ਵਧਿਆ ਹੋਰ ਕਿਤੇ ਦੇਖ ਲਿਆ ਚਲੋ ਬਾਈ ਮੇਮਣੇ ਸੌਦਾ ਕਰਨ ਲੱਗ ਰਹੇ ਨੇ ਉੱਥੇ ਤਾਂ ਨਹੀਂ ਗੱਲ ਬਣੀ ਲਓ ਜੀ ਮੰਡੀ ਦਾ ਗੇੜਾ ਦੇ ਕੇ ਆਪਾਂ ਪਹੁੰਚਾਂਗੇ ਪੰਧੇਰ ਸਾਹਿਬ ਦੇ ਕੋਲ ਪੰਧੇਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਕਿਵੇਂ ਰਹੀ ਮੰਡੀ ਬਹੁਤ ਵਧੀਆ ਗਰਮੀ ਜ਼ਿਆਦਾ ਚਲਾ ਰਹੀ ਹੈ ਹੱਲ ਕਰੋ ਫਿਰ ਗਰਮੀ ਦਾ ਬਸ ਅਗਲੀ ਮੰਡੀ ਹੱਲ ਕਰ ਲਾਂਗੇ ਕੀ ਹੱਲ ਕਰੋਗੇ ਤੰਬੂ ਲਾ ਲਾਂਗੇ ਆਪਾਂ ਵਧੀਆ ਰੋਟੀ ਪਾਣੀ ਚੱਲਦਾ ਹੈਗਾ ਜਮਾ ਅਗਲੇ ਵਾਰ ਤੋਂ ਕੜੀ ਚੌਲ ਪੱਕੇ ਕਰ ਦਿਓ ਠੀਕ ਹੈ ਕਿਉਂਕਿ ਗਰਮੀ ਹੋ ਗਈ ਠੀਕ ਹੈ ਰੋਟੀ ਖਾਣੀ ਔਖੇ ਕੜੀ ਚੌਲ ਥੋੜੇ ਜਿਹੇ ਹੁੰਦੇ ਨੇ ਹਲਕੇ ਹੁੰਦੇ ਨੇ ਗਰਮੀ ਨਹੀਂ ਕਰਦੇ ਕੜੀ ਚੌਲ ਕਰਦੀ ਅਗਲੇ ਵਾਰ ਤੋਂ ਕੜੀ ਚੌਲ ਉਸ ਬੰਦੇ 'ਚ ਪੈਸਾ ਵੀ ਹੈ ਕਿਤੇ ਪਸਾਦੇ ਚੱਲਦੇ ਕਿਵੇਂ ਕਰੀਏ ਨਹੀਂ ਆਪਾਂ ਕੜੀ ਚੌਲ ਰੱਖਾਂ ਚਲੋ ਐਂ ਕਰਿਆ ਕਰਾਂਗੇ ਵੀ ਵਿੱਚ ਦੀ ਬਦਲਦੇ ਕਰਾਂਗੇ ਵਿੱਚ ਕਿਤੇ ਕਿਤੇ ਬਦਲਦੇ ਵਿੱਚ ਦੀ ਕਿਤੇ ਕਿਤੇ ਬਦਲਦੇ ਆਉਣਾ ਹੈ ਵੀ ਹਲਕਾ ਖਾਣੇ ਖਾਣ ਦਾ ਟਾਈਮ ਆ ਗਿਆ ਹਲਕੇ ਖਾਣੇ ਖਾਣ ਦਾ ਟਾਈਮ ਪਾਣੀ ਪੀਣਾ ਦੇ ਦੌਰ ਬੰਦਾ ਰੋਟੀ ਖਾਣਦਾ ਰੋਟੀ ਖਾਣਾ ਨਿਗਰਾਉਂਦਾ ਸਹੀ ਗੱਲ ਪਾਣੀ ਪੀ ਕੇ ਬੰਦਾ ਔਖਾ ਹੁੰਦਾ ਪਾਣੀ ਪੀ ਕੇ ਔਖਾ ਅਗਲਾ ਕਹਿੰਦਾ ਯਾਰ ਉੱਥੇ ਗਏ ਮੰਡੀ ਤੇ ਚੌਲ ਛੇਤੀ ਹਜਮ ਆ ਜਾਇਆ ਕਰਦੇ ਗਰਮੀ ਤੰਗ ਨਹੀਂ ਕਰਿਆ ਕਰਨਗੇ ਆਪਾਂ ਤਾਂ ਫਾਇਦੇ ਹੀ ਸੋਚਦੇ ਨਾ ਲੋਕਾਂ ਦਾ ਆਪਾਂ ਤਾਂ ਲੋਕਾਂ ਦਾ ਫਾਇਦਾ ਹੋਣਾ ਆਪਣਾ ਚਲੋ ਕੋਈ ਨਾ 2 ਰੁਪਏ ਵੱਧ ਘੱਟ ਹੋ ਜਾਂਦਾ ਕਿਤੇ ਉਹਨਾਂ ਦੇ ਹੋ ਜਾਂਦਾ ਚੱਲ ਜੀ ਰਹਿੰਦਾ ਕਈ ਲੋਕ ਆਏ ਨੇ ਵੀ ਬੰਦੇ ਨੇ ਲੰਗਰ ਚਲਾ ਰੱਖਿਆ ਬੰਦੇ ਨੂੰ ਬਚਦਾ ਨਹੀਂ ਕੁਛ ਬੱਚਨ ਦਾ ਬਾਬਾ ਨਾਨਕਾ ਸਭ ਕੁਛ ਇੱਦਾਂ ਤਿੰਨ ਦਿਨ ਤੋਲਦਾ ਸਭ ਕੁਛ ਬਚਦਾ ਜੀ ਬੰਦਰ ਲਾ ਕੇ ਦੇਖੋ ਸਭ ਕੁਛ ਬਚੂਗਾ ਲੰਗਰ ਕੰਮ ਆਉਂਦਾ ਲੰਗਰ ਬਾਕੀ ਜਿਹੜਾ ਲੰਗਰ ਦੀ ਬਚਤ ਆ ਉਹ ਤਾਂ ਤਾਂ ਤੇ ਨਹੀਂ ਨਾ ਆਪਾਂ ਜਿਹੜਾ ਡੂੰਘੀਆਂ ਹੁੰਦੀਆਂ ਨੇ ਲੰਗਰ ਦਾ ਉਹ ਤਾਂ ਤਾਂ ਹਿਸਾਬ ਪਈ ਜਾਂਦਾ ਆਪਣਾ ਉਹ ਉੱਥੇ ਜਿਹੜਾ ਹੋ ਜਾਂਦਾ ਪੂਰਾ ਧਰਮਰਾਜ ਕੋਲੇ ਹਾਂ ਇੱਥੇ ਆਪਾਂ ਵਾਲਾ ਤਾਂ ਆਪਣਾ ਅੱਡਾ ਹੈ ਉਹ ਲੰਗਰਾਂ ਦਾ ਆਪਾਂ ਉੱਥੇ ਕਰਨਾ ਲੰਗਰਾਂ ਦਾ ਉੱਪਰ ਹੋ ਰਿਹਾ ਉਹ ਤਾਂ ਹੋ ਰਿਹਾ ਉਹ ਤਾਂ ਆਪਣਾ ਜਮ੍ਹਾਂ ਹੋ ਜਾਂਦਾ ਹੈ ਮੰਡੀ ਦਾ ਵਧੀਆ ਜੇ ਵੀ ਜੋ ਵੀ ਪਰਮਾਤਮਾ ਕਰਦਾ ਹੈਗਾ ਫਿਰ ਤਾਂ ਸਵਰਗ ਪੱਕਾ ਕਿੰਨੀ ਉਹ ਤਾਂ ਬਸ ਕਿੰਨੀ ਲਾ ਲਓ ਤੁਸੀਂ ਦਰਖਤ ਦੱਸਦੇ ਹੋਵੋਗੇ ਸਾਰੇ ਵੀ ਆਪਣੇ ਕੋਲ ਮੰਡੀ ਤੋਂ ਆਉਂਦੇ ਨੇ ਕਿਸਾਨ ਵੀਰ ਬੱਕਰੀ ਪਾਲਕ ਵੀਰ ਲੱਥੀ ਬਾਈ ਠੀਕ ਆ ਪਨੀਰ ਸਾਹਿਬ ਫਿਰ ਦੇਖ ਲਿਆ ਕਰ
ਠੀਕ ਆ ਪਨੀਰ ਸਾਹਿਬ ਠੀਕ ਆ ਭਾਈ ਜੀ ਮਿਲਦੇ ਆਂਗੇ ਆਪਾਂ ਅਗਲੀ ਮੰਡੀ ਦੇ ਵਿੱਚ ਫੇਰ ਆਵਾਂਗੇ ਠੀਕ ਹੈ ਜੀ ਤੁਹਾਡੇ ਕੋਲੇ ਵੀਡੀਓ ਬਣਾ ਕੇ ਠੀਕ ਹੈ ਜੀ ਧੰਨਵਾਦ ਜੀ ਜੇ ਕਿਸੇ ਵੀਰ ਨੂੰ ਸਾਡੀ ਵੀਡੀਓ ਵਧੀਆ ਲੱਗੀ ਜੇ ਲੱਗੀ ਵਧੀਆ ਤਾਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਪਨੀਰ ਬੱਕਰਾ ਮੰਡੀ 'ਚ ਜ਼ਰੂਰ ਆਇਆ ਕਰੋ 5 ਤੇ 20 ਤਰੀਕ ਠੀਕ ਹੈ ਜੀ ਜ਼ਰੂਰ ਪਹੁੰਚਿਆ ਕਰੋ